केपीडी न्यूज हक सच और इंसाफ की आवाज। केपीडी न्यूज हक सच और इंसाफ की आवाज। ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਬਾਕੀ ਹਾਇਰ ਲੀਡਰਸ਼ਿਪ ਵੱਲੋਂ ਜਿਹੜਾ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਰੱਖਿਆ ਗਿਆ ਆ, ਹਰ ਇੱਕ ਕੋਨਸਟੀਚੁਐਂਸੀ ਦੇ ਵਿੱਚ ਜਿਹੜਾ ਇਹ ਪੰਜਾਬ ਸਰਕਾਰ ਕਾਂਗਰਸ ਦੀ ਸਰਕਾਰ ਆ ਜਿਹੜੀ ਉਹਨਾਂ ਨੇ ਭੰਡੀ ਪ੍ਰਚਾਰ ਸ਼ੁਰੂ ਕੀਤਾ ਆ, ਗਲਤ ਨੀਤੀਆਂ ਸ਼ੁਰੂ ਕੀਤੀਆਂ ਜਿਹਦੇ ਨਾਲ ਪੰਜਾਬ ਦਾ ਮਾਹੌਲ ਮੁੜ ਤੋਂ ਇਹ ਵਿਗਾੜਨਾ ਚਾਹੁੰਦੇ ਆ ਆਪਣੇ ਸਾਰਾ, ਭਾਵੇਂ ਬਰਗਾੜੀ ਦਾ ਵੇਖ ਲਓ ਜਿਹੜੀ ਰਿਪੋਰਟ ਰਣਜੀਤ ਸਿੰਘ ਨੇ ਉੱਥੇ ਪੇਸ਼ ਕੀਤੀ ਆ, ਉਹਨੇ ਆਪਣੀ ਰਿਪੋਰਟ ਦਾ ਐਂਡ ਇੱਦਾਂ ਜਿਹੜਾ ਕੀਤਾ ਆ ਕਿ ਇਹ ਜਿਹੜੇ CBI ਦੇ ਜਿਹੜੇ ਕੇਸ CBI ਦਿੱਤੇ ਆਲਰੇਡੀ ਪਹਿਲਾਂ ਉਹਨਾਂ ਨੂੰ ਵਾਪਸ ਕੀਤਾ ਜਾਵੇ, ਸੋਰੀ ਜਿਹੜੇ ਇਹ ਆਪਾਂ ਨਾਂ ਵਿੱਚ ਆਏ ਆ ਰਿਪੋਰਟ ਦੇ ਉਹਨਾਂ ਨਾਵਾਂ ਨੂੰ CBI ਨੂੰ ਇਨਕੁਆਇਰੀ ਕਰਨ ਵਾਸਤੇ ਦਿੱਤੀ ਜਾਵੇ ਅਤੇ ਪੰਜਾਬ ਸਰਕਾਰ ਨੇ ਉੱਤੇ ਐਕਸ਼ਨ ਕੀ ਲਿਆ ਵਿਧਾਨ ਸਭਾ ਦੇ ਵਿੱਚ ਬਈ CBI ਕੋਲ ਕੇਸ ਵਾਪਸ ਕਰਕੇ SIT ਨੂੰ ਜਿਹੜੇ ਕੇਸ ਦਿੱਤੇ ਜਾਣ। ਭਾਵ ਮੇਰਾ ਕਹਿਣ ਦਾ ਕਿ ਕੁਝ ਵੀ ਸਾਰਥਕ ਜਾਂ ਜਿਹੜਾ ਉਸ ਰਿਪੋਰਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਹੈਗਾ, ਲੇਕਿਨ ਇਹਨਾਂ ਇਸ ਗੱਲ ਨੂੰ ਮੁੱਦਾ ਬਣਾ ਕੇ, ਕਿਉਂਕਿ ਹੁਣ ਇਲੈਕਸ਼ਨਾਂ ਡਿਊ ਸੀ, ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਸੀ ਹੈਗਾ ਅਤੇ ਸਾਰਾ ਦਾ ਸਾਰਾ ਝੂਠ ਦਾ ਪਲੰਦਾ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਪੇਸ਼ ਕਰਕੇ ਅਤੇ ਉਹ ਅਗਲੇ ਦਿਨ ਹੀ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਉਹ ਦਿੱਤੀਆਂ। ਸੋ ਮੇਰਾ ਭਾਵ ਕਹਿਣ ਦਾ ਇਹ ਆ ਕਿ ਅੱਜ ਆਪਾਂ ਇਹ ਦੱਸਿਆ ਆ ਸਰਕਾਰ ਨੂੰ ਕਿ ਤੁਸੀਂ ਜੋ ਮਰਜ਼ੀ ਕਰ ਲਓ, ਇਲੈਕਸ਼ਨਾਂ ਵੀ ਜਿੱਤਾਂਗੇ, ਪੰਜਾਬ ਦੇ ਵਿੱਚ ਅਜਿਹੀਆਂ ਨੀਤੀਆਂ ਦਾ ਡਟ ਕੇ ਮੁਕਾਬਲਾ ਕਰਾਂਗੇ ਔਰ ਜਿਹੜੇ ਇੱਦਾਂ ਦੇ ਪੰਜਾਬ ਨੂੰ ਖਰਾਬ ਕਰਨ ਵਾਲਾ ਜਿਹੜਾ ਕੋਈ ਵੀ ਐਕਟੀਵਿਟੀ ਹੋਏਗੀ ਉਹਨੂੰ ਕਿਸੇ ਵੀ ਹਾਲਤ
ਉਹਦੇ 'ਚ ਆਪਾਂ ਜਿਹੜਾ ਆ ਸਿਰੇ ਨਹੀਂ ਚੜ੍ਹ ਦੇਵਾਂਗੇ। ਸੋ ਅੱਜ ਜਿਹੜਾ ਇਹ ਸਾਰੀ ਕੈਪਟਨ ਦਾ ਨਾਲ ਜਿਹੜੇ ਹੋਰ 4-5 ਨੇ ਝੂਠ ਦੇ ਪਲੰਦੇ ਜਿਹੜੇ ਪੰਜਾਬ ਦੇ ਵਿੱਚ ਗਲਤ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ, ਉਹਨਾਂ ਦੇ ਪੁਤਲੇ ਸਾੜ ਕੇ, ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ, ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਦੀਆਂ ਝੂਠੀਆਂ ਨੀਤੀਆਂ, ਝੂਠੇ ਪ੍ਰੋਗਰਾਮ ਬਿਲਕੁਲ ਨਹੀਂ ਪੰਜਾਬ 'ਚ ਚੱਲਣ ਦੇਵਾਂਗੇ। ਅਤੇ ਪੰਜਾਬ ਦਾ ਜਿਹੜਾ ਮਾਹੌਲ ਆ ਸ਼ਾਂਤੀ ਵਾਲਾ, ਤਰੱਕੀ ਵਾਲਾ, ਉਹਨੂੰ ਅਸੀਂ ਹਰ ਹਾਲਤ 'ਚ ਬਰਕਰਾਰ ਰੱਖਾਂਗੇ, ਉਹਦੇ ਵਾਸਤੇ ਲੜਾਈ ਲੜਦੇ ਰਹਾਂਗੇ। ਸੋ ਮੈਂ ਕਰਕੇ ਆਏ ਹਾਂ ਕਿ ਜਿਹੜੀ ਸਰਕਾਰ ਵਾ ਹਰ ਵਾਰੀ ਨਵਾਂ ਮੁੱਦਾ ਲੈ ਕੇ, ਜਿਵੇਂ ਕਿ ਪਿਛਲੀ ਵਾਰ ਤੁਸੀਂ ਵੇਖਿਆ ਵਿਧਾਨ ਸਭਾ ਇਲੈਕਸ਼ਨ ਵੇਲੇ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਵਾਸਤੇ ਤੁਰ ਪਏ, ਅੱਜ ਪੰਚਾਇਤੀ ਬਲਾਕ ਸੰਮਤੀ ਦੇ ਪੰਚਾਇਤੀ ਚੋਣਾਂ ਆਈਆਂ ਅਤੇ ਅੱਜ ਰਣਜੀਤ ਸਿੰਘ ਦਾ ਮੁੱਦਾ ਲੈ ਕੇ। ਕਮਿਸ਼ਨ ਦੀ ਰਿਪੋਰਟ ਬਿਲਕੁਲ ਝੂਠੀ ਆ, ਜੇਕਰ ਇਹ ਝੂਠੀ ਸਾਬਤ ਹੋਈ ਇਹ ਬੰਦੇ ਜਿੰਦੇ ਮਰ ਜਾਣ, ਤਾਂ ਕਿ ਇਹਨਾਂ ਨੂੰ ਪਤਾ ਨਹੀਂ ਵੀ ਆਪਾਂ ਕਰਨ ਕੀ ਡਏ ਆ। ਅੱਜ ਰਿਪੋਰਟ ਲਾਗੂ ਕਰਦੇ ਆ, ਅਗਲੇ ਦਿਨ ਪੰਚਾਇਤੀ ਚੋਣਾਂ ਜਿਹੜੀਆਂ ਬਲਾਕ ਸੰਮਤੀ ਚੋਣਾਂ ਇਲੈਕਸ਼ਨ ਡਿਕਲੇਅਰ ਕਰ ਦਿੰਦੇ, ਹਰ ਵਾਰੀ ਜਿਵੇਂ ਲੋਕਾਂ ਨੂੰ ਵਰਤਾਉਣਾ ਮਗਰ ਲਾਉਣਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਿਲਕੁਲ ਕੋਈ ਇਹੋ ਜਿਹਾ ਨਹੀਂ, ਤੁਸੀਂ ਵੇਖੋ ਸਾਰੀ ਪ੍ਰੈਸ ਬੈਠੀ ਆ। ਮੈਂ ਵੀ ਦੱਸਣਾ ਚਾਹੁੰਦੀ ਹਾਂ ਵੀ ਵਿਧਾਨ ਸਭਾ 'ਚ ਸਿਰਫ ਕੰਮਾਂ ਲਈ ਜਾਈਦਾ, ਨਾ ਕਿ ਕਿਸੇ ਲੇਡੀਜ਼ ਬਾਰੇ ਜਾਂ ਕਿਸੇ ਬਾਰੇ ਬੋਲਣ ਦੀ, ਇਹਨਾਂ ਨੂੰ ਕੋਈ ਅਧਿਕਾਰ ਨਹੀਂ। ਇਹਨੇ ਵੀ ਗਿਰ ਗਏ ਆ, ਘਰ ਦੀਆਂ ਭੈਣਾਂ ਹੈ ਨਹੀਂ ਇਹਨਾਂ ਦੀਆਂ, ਕਿਸੇ ਕੋਲ ਭੈਣ ਨੂੰ ਤਾਂ ਇਹਨਾਂ ਨੂੰ ਹੈਗਾ ਨਹੀਂ ਕੋਈ ਤਰਸਕਾਰ। ਹਾਂਜੀ, ਕੈਪਟਨ ਦਾ ਸੋਚਿਆ ਮੁਰਦਾ ਮੁਰਦਾ ਪੁੱਤਰਾ ਸਾੜਿਆ, ਰਾਹੁਲ ਦਾ ਸਾੜਿਆ, ਜਾਖੜ ਦਾ ਸਾੜਿਆ ਅਤੇ ਦਾਦੂਵਾਲ ਦਾ ਸਾੜਿਆ। ਜੇਕਰ ਨਾ ਆਇਆ ਤਾਂ ਇਸਤਰੀ ਅਕਾਲੀ ਦਲ ਇਹਨਾਂ ਦੇ ਘਰਾਂ 'ਚ ਵੀ ਜਾਊ, ਜਾ ਕੇ ਘਰ ਘਰ ਇਹਨਾਂ ਦੇ ਗੂਹਾਂ ਗਾੜੀ ਜਾ ਕੇ ਧਰਨੇ ਵੀ ਲਾਵਾਂਗੇ। ਇਹਦਾ ਇੱਟ ਦਾ ਜਵਾਬ ਪੱਥਰ। ਪਟਿਆਲੇ ਹਲਕੇ ਤੋਂ ਡਾਕਟਰ ਜਗਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਅੱਜ ਉਹ ਕੈਪਟਨ ਸਾਹਿਬ ਦਾ ਦਾਦੂਵਾਲ ਦਾ ਪੁਤਲਾ ਫੂਕਿਆ ਜਾ ਰਿਹਾ, ਉਸਦੇ ਸਬੰਧ ਵਿੱਚ ਇਕੱਠੇ ਹੋਏ ਆ। ਕਿਉਂਕਿ ਪਿਛਲੇ ਕੁਝ ਵਿਧਾਨ ਸਭਾ ਦੇ ਵਿੱਚ ਜਿਹੜੀ ਇੱਕ ਰਿਪੋਰਟ ਪੇਸ਼ ਕੀਤੀ ਆ, ਉਹਦੇ ਰਣਜੀਤ ਸਿੰਘ ਨੇ ਕੁਛ ਵੀ ਨਹੀਂ ਲਿਖਿਆ ਬਾਦਲ ਸਾਹਿਬ ਦੇ ਖਿਲਾਫ਼, ਅਤੇ 8 ਘੰਟੇ ਲਗਾਤਾਰ ਬਾਦਲ ਸਾਹਿਬ ਦੇ ਖਿਲਾਫ਼ ਬੋਲੀ ਗਏ ਆ। ਕੋਈ ਰਿਪੋਰਟ ਦੇ ਬਾਰੇ ਇੱਕ ਵੀ ਗੱਲ ਨਹੀਂ ਦੱਸੀ ਕਿ ਕੀ ਉਹਦਾ ਨਾਂ ਕਿੱਥੇ ਆਇਆ ਕਿੱਥੇ ਨਹੀਂ ਆਇਆ। ਉਹਦੇ ਸੰਬੰਧ ਦੇ ਵਿੱਚ ਜਦੋਂ ਵੀ ਇਲੈਕਸ਼ਨ ਆਉਂਦੀ ਆ ਕੋਈ, ਉਦੋਂ ਨਵਾਂ ਸੋਚਾ ਛੱਡ ਕੇ ਉਸੇ ਵੇਲੇ ਦੇ ਇਲੈਕਸ਼ਨ ਚਾਲੂ ਕਰ ਦਿੰਦੀ ਆ। ਸੋ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਇਹਨਾਂ ਦੇ ਕੋਲੋਂ, ਅਤੇ ਧੱਕੇ ਨਾਲ ਹੀ ਇਹੋ ਬਹਾਨਾ ਬਣਾ ਕੇ ਹੁਣ ਕੋਈ ਗੱਲ ਨਹੀਂ ਗੀ, ਅਕਾਲੀ ਦਲ ਦਾ ਵਿਰੋਧ ਕਰੋ, ਅਕਾਲੀ ਦਲ ਦਾ ਬਾਈਕਾਟ ਕਰੋ, ਚਾਹੇ ਤਾਂ ਕੋਈ ਗੱਲ ਹੋਵੇ ਤਦ ਵੀ ਆ। ਸੋ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਉਹਦੇ ਸੰਬੰਧ ਦੇ ਵਿੱਚ ਦਾਦੂਵਾਲ ਨੂੰ ਕਾਂਗਰਸ ਦਾ ਇੱਕ ਪਿੱਠੂ ਆ, ਉਹਨੂੰ ਗਾਲੀ ਚੁੱਕ ਕੇ ਲਾਇਆ ਗਿਆ ਵਾ, ਅਤੇ ਸਾਰਿਆਂ ਦੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਆ। ਜੋ ਬਰਗਾੜੀ ਦੇ ਵਿੱਚ ਜਿਹੜੇ ਬੈਠੇ ਆ ਉਹ ਰਿਪੋਰਟ ਪੇਸ਼ ਕਰਤੀ, ਸਾਰਾ ਕੁਝ ਕਰਤਾ, ਹੁਣ ਬਹਿਣ ਦਾ ਕੀ ਮਤਲਬ ਆ? ਇਹ ਸੋਚੀ ਸਮਝੀ ਸਾਜਿਸ਼ ਵਾ, ਆਪਣੇ ਸਾਰੇ ਪੰਜਾਬ ਦਾ ਹਾਲ ਵਿਗਾੜਨਾ ਚਾਹੁੰਦੇ ਆ। ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਪੁੱਤਰਾ ਫੁਕਣ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਦਲ ਨੂੰ ਬਦਨਾਮ ਕਰਨ ਵਾਸਤੇ ਜੋ ਕਾਨੂੰਨ ਨੀਤੀਆਂ ਘੜੀਆਂ ਗਈਆਂ, ਇੱਕ ਸਾਧਾ ਦੇ ਟੋਲੇ ਨੂੰ ਕੋਈ ਗਾੜੀ ਦੇ ਵਿੱਚ ਗਾੜੀ ਬਿਠਾ ਕੇ ਜੋ ਸਰਕਾਰ ਦੇ ਏਜੰਟ ਆ, ਇੱਕ ਦੂਜੇ ਪਾਸਿਓਂ ਸਰਕਾਰ ਤੋਂ ਵਾਧੂ ਫੰਡ ਦਵਾ ਕੇ ਅਤੇ ਸਰਕਾਰ ਦੇ ਨਾਲ ਉਹਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਜਿੰਨਾ ਲੀਕਿਆ, ਉਹਦੇ ਖਿਲਾਫ਼ ਅੱਜ ਸੈਕਟ ਸਰਕਾਰ ਦਾ ਪੁੱਲਾ ਫੂਕਿਆ ਜਾ ਰਿਹਾ। ਇਸ ਕਰਕੇ ਅਕਾਲੀ ਦਲ ਨੂੰ ਬੇਨਤੀ ਕਰਦੇ ਵੀ ਇਕਜੁੱਟ ਹੋ ਕੇ ਇਹਨਾਂ ਦੇ ਧਈਆ ਕਰ ਲਓ, ਦੁਬਾਰੇ ਹੋ ਲਓ ਕਾਂਗਰਸੀਆਂ ਦੇ, ਫਿਰ ਆਪਾਂ ਨੂੰ ਇਹ ਸੁੱਖ ਦਾ ਜੀਣ ਦੇਣਗੇ। ਅਤੇ ਇਹਨੇ ਇਲੈਕਸ਼ਨ ਆਈ ਆ ਅਤੇ ਕੋਈ ਨਾ ਕੋਈ ਸ਼ੋਸ਼ਾ ਛੱਡ ਦਿੰਦੇ ਆ ਅਤੇ ਅਕਾਲੀਆਂ ਨੂੰ ਬਦਨਾਮ ਕਰਨ ਵਾਸਤੇ ਵੋਟਾਂ ਬਟੋਰਦੇ ਆ। ਵਾਹਿਗੁਰੂ ਜੀ ਦਾ ਖਾਲਸਾ।
देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।